ਦੱਸਣ ਲਈ ਕਿ ਅੱਛਾ ਸਾਡੀ ਪਰਿਵਾਰ ਵਿੱਚ ਸਾਡੀ ਖੁਸ਼ੀ ਕਿਵੇਂ ਹੋ ਸਕਦੇ ਨੇ, ਕਿਵੇਂ ਲਾਈਕ ਅੱਜ ਦੀਆਂ ਮੁਸ਼ਕਲਾਂ ਸਾਹਮਣਾ ਕਰ ਸਕਦੇ ਨੇ, ਅਤੇ ਫਿਰ ਆਉਣ ਵਾਲੇ ਕੱਲ੍ਹ ਵਾਸਤੇ ਵੀ ਰੱਬ ਚਾਹੁੰਦੇ ਕਿ ਸਾਰੇ ਲੋਕਾਂ ਖੁਸ਼ੀ ਵਿੱਚ ਰਹਿਣ, ਆਰਾਮ ਵਿੱਚ ਰਹਿਣ। ਸੋ ਫਿਰ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ। ਸੋ ਫਿਰ ਪਤਾ ਨਹੀਂ ਜੇ ਤੁਸੀਂ ਕਦੀ ਅੱਛਾ ਸੋ ਫਿਰ ਵੀਰੇ ਜੀ, ਮੈਂ ਬਸ ਉਸ ਮਕਸਦ ਨਾਲ ਸਿੱਖਣ ਲੱਗੀ ਹੈ ਕਿ ਅੱਛਾ ਲੋਕਾਂ ਨੂੰ ਚਾਹੀਦੀ ਹੈ। ਸੋ ਫਿਰ ਭਾਵੇਂ ਕਿ ਸਾਡੀ ਮੁਲਕ ਤੋਂ ਬੋਲੀ ਅਲੱਗ ਜੋ ਵੀ ਹੁੰਦੀ ਹੈ, ਪਰ ਸਾਰੇ ਇਨਸਾਨ ਇੱਕ ਗੱਲ ਚਾਹੁੰਦੀ ਕਿ ਮਨ ਦੀ ਸ਼ਾਂਤੀ, ਆਪਣੇ ਪਰਿਵਾਰ ਵਿੱਚ ਖੁਸ਼ੀ ਹੁੰਦੀ। ਸੋ ਫਿਰ ਇਸ ਗੱਲ ਮੈਨੂੰ ਉਕਸਾਈ ਹੈ ਕਿ ਠੀਕ ਹੈ, ਤੁਸੀਂ ਕਿਹੜੇ ਮੁਲਕ ਤੋਂ ਹੈਗੇ ਹੋ? ਇੱਥੇ US ਦੀ ਆ, ਪਰ ਮੇਰੀ ਮੰਮੀ ਡੈਡੀ ਜਮੈਕਾ ਤੋਂ ਆ। ਅੱਛਾ, ਮੰਮੀ ਡੈਡੀ ਜਮੈਕਾ ਦੇ ਸੀ ਤੇ ਇਹ ਇੱਥੇ ਤੁਸੀਂ ਇੱਥੇ ਬੋਰਨ ਹੋਏ ਸੀ? ਹਾਂਜੀ। ਠੀਕ ਹੈ, ਠੀਕ। ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਪੰਜਾਬੀ ਸਿੱਖਦਿਆਂ ਤੁਹਾਨੂੰ? ਹੁਣੇ 6 ਸਾਲ ਲਗਭਗ, ਪਰ ਇਸ ਤੋਂ ਪਹਿਲੇ ਉਰਦੂ ਤੇ ਹਿੰਦੀ ਵੀ ਸਿੱਖ ਰਹੀ ਸੀ। ਅੱਛਾ, ਪਹਿਲਾਂ ਉਰਦੂ ਹਿੰਦੀ ਵੀ ਸਿੱਖੀ ਆ? ਹਜੇ ਵੀ ਸਿੱਖ ਰਹੀ ਆ। ਅਜੇ ਵੀ ਸਿੱਖ ਰਹੀ ਆ? ਹਾਂਜੀ, ਜਿਵੇਂ ਕਿ ਪੰਜਾਬੀ ਪੂਰੀ ਪੂਰੀ ਨਹੀਂ ਆਉਂਦੀ ਮੈਨੂੰ, ਥੋੜਾ ਬਹੁਤ। ਸੋ ਫਿਰ ਇਸੇ ਤਰ੍ਹਾਂ ਵੀ ਮੈਂ ਸਿੱਖ ਰਹੀ ਆ। ਪੰਜਾਬੀ ਬੋਲਣੀ ਚੰਗੀ ਲੱਗਦੀ ਕਿ ਉਰਦੂ ਹਿੰਦੀ? ਸਾਰੇ ਆ, ਮਤਲਬ ਦੇਸੀ ਲੋਕ ਤਾਂ ਦੇਸੀ ਹੁੰਦੇ ਨੇ, ਮੈਂ ਵੀ ਦੇਸੀ ਬਣਿਆ। ਪਰ ਠੀਕ ਹੈ। ਅੱਛਾ ਅੱਛਾ, ਮਤਲਬ ਨਾ ਹੈਗੀ ਕਮਲਜੀਤ, ਮੈਂ ਨਾਮ ਵੀ ਰੱਖਿਆ। ਅੱਛਾ, ਤੁਹਾਡਾ ਤੁਹਾਡਾ ਨਾਂ ਕੀ? ਕਮਲਜੀਤ ਕੌਰ? ਕਮਲਜੀਤ ਕੌਰ ਵੀਰ ਜੀ, ਤੁਹਾਡੇ ਨਾਂ ਕੀ ਆ? ਮੇਰਾ ਨਾਂ ਰਾਜ ਸਿੰਘ ਹੈ। ਰਾਜ ਜੀ, ਤੁਹਾਨੂੰ ਮਿਲ ਕੇ ਖੁਸ਼ੀ ਹੋਈ ਬਹੁਤ। ਅੱਛਾ 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 ਅੱਛਾ। ਸੋ ਫਿਰ ਮੈਂ, ਮੇਰੀ ਭੈਣ ਜੀ ਮੇਰੀ ਇੰਤਜ਼ਾਰ ਕਰ ਰਹੇ ਨੇ। ਅੱਛਾ, ਪਰ ਫਿਰ ਮੈਂ ਮਤਲਬ ਉਹਨੂੰ ਮਿਲਣ ਵਾਸਤੇ ਇਸੀ ਕੋਨੇ ਤੇ ਖੜੀ ਸੀ, ਪਰ ਫਿਰ ਮੈਂ ਤੁਹਾਡੀ ਖੰਡਾ ਦੇਖਿਆ। ਅੱਛਾ, ਮੈਂ ਸੋਚਿਆ ਮੇਰੀ ਵੀਰ ਜੀ ਵੀ ਆਇਆ। ਅੱਛਾ ਅੱਛਾ ਅੱਛਾ, ਮੇਰੀ ਗੱਡੀ ਦੇ ਪਿੱਛੇ ਖੰਡਾ ਦੇਖਿਆ। ਠੀਕ ਠੀਕ ਹੈ। ਹੋਰ ਸਿੱਖ ਸਿੱਖਿਜ਼ਮ ਬਾਰੇ ਕੀ ਸਿੱਖਿਆ ਤੁਸੀਂ? ਮਤਲਬ ਕਿ ਲੋਕਾਂ ਕਹਿੰਦੇ ਨੇ ਕਿ ਰੱਬ ਇੱਕ ਹੈ, ਸੋ ਫਿਰ ਉਹ ਗੱਲ ਵੀ ਅਸੀਂ ਮੰਨਦੇ ਹਾਂ, ਪਰ ਗੱਲ ਇਹ ਹੈ ਕਿ ਸਾਡੇ ਗ੍ਰੰਥ ਦੇ ਵਿੱਚ ਲਿਖਿਆ ਨੇ ਕਿ ਉਹਦੇ ਨਾਂ ਹੈ ਯਹੋਵਾ। ਸੋ ਫਿਰ ਯਹੋਵਾ ਜੋ ਚਾਹੁੰਦੇ ਨੇ ਕਿ ਸਾਰੇ ਬੰਦੇ, ਭਾਵੇਂ ਕਿ ਇੰਡੀਆ ਦੇ ਵਿੱਚ ਮਤਲਬ ਜੋ ਵੀ ਮੁਲਕ ਹੈਗੀ ਆ, ਸੋ ਫਿਰ ਉਹ ਇੱਕ ਰੱਬ ਹੈ, ਸੋ ਉਹ ਵੀ ਸਾਨੂੰ ਏਕਤਾ ਦੇਣਾ ਚਾਹੁੰਦੇ ਨੇ। ਹਜੇ ਸਾਰੇ ਬੰਦੇ ਸੋਚਦੇ ਨੇ ਆਪਣੇ ਮੁਲਕ, ਆਪਣੀ ਬੋਲੀ, ਆਪਣੀ ਕਲਚਰ ਬਿਹਤਰ ਬਿਹਤਰ। ਸਾਰੇ ਲੋਕਾਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ, ਲੜਦੇ ਨੇ, ਪਰ ਫਿਰ ਰੱਬ ਇਸ ਤਰ੍ਹਾਂ ਦੇ ਨਹੀਂ ਹੈ, ਉਹ ਪਿਆਰ ਦਾ ਪਰਮੇਸ਼ਵਰ ਹੈ। ਤਾਂ ਫਿਰ ਉਹ ਚਾਹੁੰਦੇ ਕਿ ਅਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿੰਦੇ ਹਾਂ। ਸੋ ਫਿਰ ਉਹ ਜਿਹੜੀ ਲਾਈਕ ਮਕਸਦ ਮੇਰੀ ਪੰਜਾਬੀ ਸਿੱਖਣ ਦੀ ਕਿ ਲੋਕਾਂ ਇਸੇ ਪਰਮੇਸ਼ਵਰ ਬਾਰੇ ਦੱਸਣ। ਠੀਕ ਹੈ, ਠੀਕ ਹੈ। ਸੋ ਮੈਂ ਚੱਲਦੀ ਹਾਂ। ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਿਲਾਂਗੇ ਆਪਾਂ।